ਸੋ ਬਟਾਲਾ ਪੁਲਿਸ ਦੇ ਲਈ ਸਿਰਦਰਦ ਬਣਿਆ ਗੈਂਗਸਟਰ ਮਲਕੀਤ ਸਿੰਘ, ਜੋ ਕਿ ਗੈਂਗਸਟਰ ਹੈਰੀ ਚੱਠਾ ਅਤੇ ਲਾਰਸ ਬਿਸ਼ਨੋਈ ਦਾ ਨਾਮ ਲੈ ਕੇ ਲੋਕਾਂ ਕੋਲੋਂ ਫਿਰੌਤੀ ਮੰਗਦਾ ਸੀ। ਬੀਤੇ ਦਿਨ ਵੀ ਗੈਂਗਸਟਰ ਮਲਕੀਤ ਸਿੰਘ ਦੇ ਵੱਲੋਂ ਸ੍ਰੀ ਹਰਗੋਬਿੰਦਪੁਰ ਦੇ ਸੁਨਿਆਰੇ ਦੀ ਦੁਕਾਨ ਤੇ ਗੋਲੀ ਚਲਵਾਈ ਗਈ ਸੀ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਪੁਲਿਸ ਨੇ ਕਰੀਬ 4 ਘੰਟੇ ਦੌਰਾਨ ਹੀ ਇਸ ਗੈਂਗਸਟਰ ਦਾ ਪਤਾ ਕਰਵਾ ਲਿਆ ਅਤੇ 8 ਘੰਟੇ ਦੇ ਅੰਦਰ ਅੰਦਰ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ। ਸੋ ਮਰਸਡੀਜ਼ ਕਾਰ ਦੇ ਵਿੱਚ ਘੁੰਮਣ ਵਾਲਾ ਇਸ ਗੈਂਗਸਟਰ ਨੂੰ ਪੁਲਿਸ ਨੇ 8 ਘੰਟੇ ਦੌਰਾਨ ਹੀ ਗ੍ਰਿਫਤਾਰ ਕਰ ਲਿਆ। ਇਸ ਗੈਂਗਸਟਰ ਦੇ ਵੱਲੋਂ ਪੁਲਿਸ ਦੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ, ਪਰ ਗਨੀਮਤ ਰਹੀ ਕਿ ਪੁਲਿਸ ਦੇ ਕਿਸੇ ਵੀ ਜਵਾਨ ਤੇ ਗੋਲੀ ਨਹੀਂ ਲੱਗੀ। ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ, ਜੋ ਕਿ ਇਸ ਗੈਂਗਸਟਰ ਦੇ ਪੈਰ ਦੇ ਵਿੱਚ ਲੱਗੀ ਹੈ। ਸੋ ਮੌਕੇ ਤੇ ਪਹੁੰਚੀ SSP ਬਟਾਲਾ ਅਸ਼ਵਨੀ ਗੁਟਿਆਲ ਨੇ ਜਾਣਕਾਰੀ ਦਿੱਤੀ ਕਿ ਇਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਅਤੇ ਇਹ ਸਾਬਕਾ ਸਰਪੰਚ ਦਾ ਬੇਟਾ ਹੈ ਤੇ ਮੈਡੀਕਲ ਸਟੋਰ ਚਲਾਉਂਦਾ ਹੈ ਤੇ ਵੱਖ ਵੱਖ ਲੋਕਾਂ ਦੇ ਕੋਲੋਂ ਫਿਰੌਤੀ ਮੰਗਦਾ ਸੀ ਅਤੇ ਆਪਣੇ ਗੁਰਗਿਆਂ ਦੇ ਕੋਲੋਂ ਗੋਲੀ ਚਲਵਾਉਂਦਾ ਸੀ, ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ। ਮੇਰਾ ਨਾਮ ਸਾਬੀ ਹੋਇਆ ਸਰ, ਇੱਦਾਂ ਵੀ ਆਪਾਂ ਸ਼ਹਿਰ ਤੋਂ ਆ ਰਹੇ ਸੀ ਤੇ ਸਾਗਰਪੁਰ ਤੋਂ ਜਿਹੜਾ ਸਾਡੇ ਨਵੇਂ ਪਿੰਡ ਨੂੰ ਫਾਟਕ ਆਉਂਦਾ, ਉਧਰੋਂ 2 ਗੱਡੀਆਂ ਆਈਆਂ ਨੇ, ਇੱਕ ਮਰਸੀਡੀਜ਼ ਗੱਡੀ, ਇੱਕ ਸਵਿਫਟ ਗੱਡੀ ਸੀ, ਦੋਨੋਂ ਬਹੁਤ ਤੇਜ਼ ਰਫਤਾਰ ਦੇ ਵਿੱਚ ਸੀ ਤੇ ਜਿਨ੍ਹਾਂ ਦੀ ਤੇਜ਼ ਰਫਤਾਰ ਹੋਣ ਦੇ ਕਰਕੇ ਮੇਰਾ ਮੋਟਰਸਾਈਕਲ ਪੈਲੀ ਦੇ ਵਿੱਚ ਡਿੱਗ ਗਿਆ ਤੇ ਇਹ ਦੋਨੋਂ ਗੱਡੀਆਂ ਸਾਡੇ ਪਿੰਡ ਨੂੰ ਆ ਗਈਆਂ। ਪਿੱਛੇ ਸਵਿਫਟ ਗੱਡੀ ਸੀ ਤੇ ਫਾਇਰਿੰਗ ਹੁੰਦੀ ਪਈ ਸੀ ਤੇ ਅਸੀਂ ਤੇ ਬਹੁਤ ਸਹਿਮ ਗਏ ਸਰ ਤੇ ਜਦੋਂ ਪਿੰਡ ਆਏ ਤੇ ਪਿੰਡ ਕਾਫੀ ਸਾਡਾ ਇਕੱਠਾ ਹੋਇਆ ਸੀ ਤੇ ਇੱਥੇ ਆ ਕੇ ਦੋਨੋਂ ਗੱਡੀਆਂ ਜਿਹੜੀਆਂ ਸੌ ਪਈਆਂ ਨੇ, ਕਿਉਂਕਿ ਅੱਗੇ ਰਸਤਾ ਨਹੀਂ ਜਾਂਦਾ ਤੇ ਇਹ ਫਿਰ ਉਹ ਪੈਲੀ ਦੇ ਵਿੱਚ ਉਹ ਇੱਕ ਮੋਟਰ ਆ ਸਾਡੇ ਇੱਥੇ, ਉੱਥੇ ਵੀ ਪੁਲਿਸ ਦੀ ਕਾਫੀ ਉਹਨਾਂ ਨਾਲ ਮੁੱਠਭੇੜ ਹੋਈ ਹੈ ਤੇ ਉਹ ਤੋਂ ਬਾਅਦ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਨੂੰ ਫੜ ਲਿਆ ਗਿਆ ਜਾਂ ਕਿੱਦਾਂ ਜਾਂ ਕਿੱਦਾਂ ਨਹੀਂ। ਸਾਰਾ ਪੂਰਾ ਦਹਿਸ਼ਤ ਵਾਲਾ ਬਣਿਆ ਹੋਇਆ, ਪੂਰਾ ਸ਼ਹਿਰ ਇੱਥੇ ਸਾਡੇ ਪਿੰਡ 'ਚ ਆਇਆ ਤੇ ਕਈ ਲੋਕਾਂ ਨੂੰ ਜਿਹਨਾਂ ਨਹੀਂ ਵੀ ਪਤਾ ਸੀ ਵੀ ਨਵਾਂ ਪਿੰਡ ਕਿੱਥੇ, ਉਹਨਾਂ ਨੂੰ ਵੀ ਅੱਜ ਪਤਾ ਲੱਗ ਗਿਆ ਵੀ ਨਵਾਂ ਪਿੰਡ ਹੈ ਤੇ ਕਾਫੀ ਮਾਹੌਲ ਜਿਹੜਾ ਮਤਲਬ ਕਿ ਦਹਿਸ਼ਤ ਵਾਲਾ ਬਣਿਆ ਹੋਇਆ। ਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੱਲ੍ਹ ਜਿਹੜੀ ਸੀ ਹਰਸ਼ਿਰਨਪੁਰ ਇੱਕ ਸੁਨਿਆਰੇ ਦੀ ਦੁਕਾਨ ਤੇ ਗੋਲੀ ਲੱਗੀ ਸੀ ਸ਼ੀਸ਼ੇ ਨੂੰ, ਉੱਥੇ ਪਰਚਾ ਦਸਤ ਕਰਕੇ ਅਸੀਂ ਤਫਤੀਸ਼ ਕਰਦਿਆਂ ਹੋਇਆਂ ਟੈਕਨੀਕਲੀ ਅਸੀਂ ਉਹਨੂੰ 4-5 ਘੰਟੇ 'ਚ ਹੀ ਕਰੈਕ ਕਰ ਲਿਆ ਸੀ, ਪਰ ਉਹਨੂੰ ਚੇਜ਼ ਕਰਦੇ ਕਰਦੇ ਆਪਾਂ ਵਿਦਿਨ 8 ਆਵਰਸ ਉਸ ਮੁਲਜ਼ਮ ਨੂੰ ਚੇਜ਼ ਕਰਦੇ ਕਰਦੇ ਜਿੱਥੇ ਸਫਲਤਾ ਪ੍ਰਾਪਤ ਹੋਈ ਹੈ, ਜਿਸ ਨੇ ਸਾਡੇ ਉੱਤੇ ਆਪਣੇ ਪਿਸਟਲ ਨਾਲ ਫਾਇਰ ਵੀ ਕੀਤਾ ਸੀ, ਜਵਾਬੀ ਫਾਇਰ ਜਿਹੜੀ ਆਪਣੀ ਜਾਨ ਬਚਾਉਂਦਿਆਂ ਹੋਇਆਂ ਇੰਸਪੈਕਟਰ ਸਾਹਿਬ ਨੇ ਫਾਇਰ ਕੀਤਾ ਜਿੱਦਾਂ ਉਹ ਜ਼ਖਮੀ ਹੋਇਆ ਤੇ ਇਹ ਸਾਰਾ ਸਿਸਟਮ ਜਿਹੜਾ ਇਹ ਸਾਡੇ ਅਫਸਰਾਂ ਦੀਆਂ ਜਾਂ ਦਿਸ਼ਾ ਨਿਰਦੇਸ਼ ਤੇ ਜਾਂ ਉਹਨਾਂ ਦੇ ਜਿਹੜੇ ਗਾਈਡਲਾਈਨਸ ਦੇ ਉੱਤੇ ਕਾਫੀ ਫਾਸਟ ਭਜਾਈ ਸੀ, ਬਹੁਤ ਬਹੁਤ 160-170 ਦੀ ਜਗ੍ਹਾ ਭਜਿਆ ਸੀ, ਬਟ ਇੱਥੇ ਆ ਕੇ ਬਿਲਕੁਲ ਰੋਡ ਖਤਮ ਹੁੰਦੀ ਸੀ ਤੇ ਹੁਣ ਫਿਰ ਬਾਅਦ ਚ ਗੱਡੀ ਛੱਡ ਕੇ ਬਾਅਦ ਚੋ ਪਹਿਲੀ ਹੋਇਆ ਸੀ 5-6 ਕਿੱਲੇ ਮਗਰ ਭੱਜ ਕੇ ਚੂਨੇ ਚ ਪਕੜਿਆ, ਉਧਰੋਂ ਫਾਇਰ ਕੀਤਾ ਗਿਆ। ਜਿਹੜਾ ਮੇਰਾ ਸਾਡੇ ਇੰਸਪੈਕਟਰ ਸੀ ਮਹਾਂਬਾਲ ਬਚੇ ਨੇ ਉਹਦਾ ਕਿੱਤਾ ਫਿਰ ਇੱਕ ਸਾਹਮਣੇ ਧਰੇ ਤੇ ਲੱਗਾ ਜਾ ਕੇ ਜਿਹਦੀ ਬਾਅਦ ਚ ਆਪਣੀ ਜਾਨ ਬਚਾਉਂਦੇ ਆਇਆ ਉਹਨੂੰ ਸਾਡੀ ਪੁਲਿਸ ਵੱਲੋਂ ਜਿਹੜੇ ਫਾਇਰ ਕੀਤੇ ਗਏ ਜਿੱਥੇ ਉਹ ਜ਼ਖਮੀ ਹੋਇਆ। ਵਕੂਆ ਜਿਹੜਾ ਸ੍ਰੀ ਹਰਗੋਬਿੰਦਪੁਰ ਫਾਇਰਿੰਗ ਹੋਈ ਸੀ ਉਹ 'ਚ ਦੋਸ਼ੀ ਦੇ ਅਸੀਂ ਟਰੇਸ ਕੰਮ 'ਤੇ ਲੱਗੇ ਹਾਂ, ਕਾਫੀ ਟੀਮਾਂ ਮੈਡਮ ਵੱਲੋਂ ਇਕੱਠੇ ਕੀਤੀਆਂ ਗਈਆਂ ਸੀ, CA ਇੰਚਾਰਜ ਡਿਪਟੀ ਸ੍ਰੀ ਹਰਗੋਬਿੰਦਪੁਰ ਪੁਲਿਸ ਥਾਣਾ ਕਮਾਨ ਐਂਡ ਸਿਵਲ ਲਾਈਨ ਪੁਲਿਸ ਨੇ ਪੂਰਾ ਮਤਲਬ ਮੈਡਮ ਦੇ ਸਹਿਯੋਗ ਨਾਲ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਅਸੀਂ ਇਹਦੇ ਚੇਸ ਕਰ ਰਹੇ ਸਾਂ ਅਤੇ ਚੇਸ ਕਰਦੇ ਕਰੀ ਇਹਦੀ ਅੱਗੇ ਗਾਂਹ 5-6 ਕਿੱਲਿਆਂ 'ਚ ਇਹਦੀ ਜਿਹੜੀ ਨਾਲ ਜਾਂਦਾ ਰਸਤਾ ਉੱਥੋਂ ਗੱਡੀ ਚੇਜ਼ ਕਰਦੇ ਇਹਦੀ ਰੋਗੀ ਨੇ ਪੁਲਿਸ ਜਦੋਂ ਇਹਦੀ ਗੱਡੀ ਰੋਗੀ ਅਤੇ ਇਹਨੇ ਸਾਡੇ 'ਤੇ ਫਾਇਰ ਕੀਤਾ, ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ, ਫਿਰ 5-6 ਕਿੱਲੇ ਭੱਜਿਆ ਹੈ, 5-6 ਕਿੱਲੇ ਭੱਜਣ ਤੋਂ ਬਾਅਦ ਸਾਡੀ ਟੀਮ ਨੇ ਸਾਰਾ ਇਹਨਾਂ ਨੂੰ ਘੇਰਾ ਪਾਇਆ ਸੀ, ਇਹਨੇ ਜਵਾਬੀ ਫਾਇਰ ਕੀਤਾ, ਜਵਾਬੀ ਅਸੀਂ ਵੀ ਫਾਇਰ ਕੀਤਾ।
ਆ ਦੇਖੀਏ ਜੀ, ਇੱਕ ਜੋ ਕੱਲ ਜੁਵਲਰ ਦੇ ਉੱਤੇ ਗੋਲੀ ਜੁਵਲਰ ਦੀ ਦੁਕਾਨ ਦੇ ਉੱਤੇ ਗੋਲੀ ਚੱਲੀ ਸੀਗੀ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ। ਉਹਦੇ ਵਿੱਚ ਜੋ ਇਮੀਡੀਏਟਲੀ ਕੰਮ ਕਰਦੇ ਹੋਏ, ਟੈਕਨੀਕਲ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਬੰਦੇ ਨੂੰ ਆਈਡੈਂਟੀਫਾਈ ਕੀਤਾ ਗਿਆ ਸੀਗਾ, ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ ਇਹਨਾਂ ਨੂੰ ਫਰੋਤੀ ਦੀ ਮੰਗ ਕੀਤੀ ਸੀ। ਉਹਦੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜੋ ਹੈਗਾ, ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ, ਉਹ ਜੋ ਇੱਥੇ ਬਟਾਲੇ ਦੇ ਰਹਿਣ ਵਾਲਾ ਸੀਗਾ। ਅੱਜ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋ ਇਹਦੇ ਪਿੱਛੇ ਲੱਗੇ ਸੀਗੇ, ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡੀਜ਼ ਹੋਣ ਕਾਰਨ ਜੋ ਹੈਗਾ, ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ 160-170 ਦੇ ਸਪੀਡ 'ਤੇ ਹੋ ਗਿਆ, ਤਾਂ ਫਿਰ ਉਹ 2 ਘੰਟੇ ਦੀ ਸਾਡੀ ਆਲਮੋਸਟ ਹੌਟ ਚੇਸ ਚੱਲਦੀ ਰਹੀ। ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪੈਲੀ 'ਚ ਆ ਕੇ ਜਦੋਂ ਡੈਡ ਐਂਡ ਆ ਗਿਆ, ਉਹ ਅੱਗੇ ਜਾ ਨਹੀਂ ਪਾਇਆ, ਤਾਂ ਫਿਰ ਇਹਨੇ ਪੁਲਿਸ 'ਤੇ ਉੱਥੇ ਫਾਇਰ ਕੀਤੀ, ਕਿਉਂਕਿ ਫਾਈਨਲੀ ਲਾਸਟ ਰਿਜ਼ੋਰਟ ਦੇ ਤੌਰ 'ਤੇ ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ, ਤਾਂ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ। ਇਹ ਤੋਂ ਬਾਅਦ ਵੀ ਇਹਨਾਂ ਨੇ ਫਿਰ 5-6 ਕਿੱਲੇ ਦੀ ਜੋ ਹੈਗਾ ਪੂਰਾ ਇੰਨੇ ਜ਼ਮੀਨ 'ਤੇ ਇਹਨੇ ਭੱਜ ਕੇ ਆਪਣੀ ਜਾਨ ਦਾ ਇਹ ਬਚਾਉਣ ਦਾ ਜਾਂ ਪੁਲਿਸ ਦੇ ਉੱਤੇ ਨੁਕਸਾਨ ਕਰਨ ਦਾ ਇਹਨਾਂ ਨੇ ਕੋਸ਼ਿਸ਼ ਕੀਤਾ, ਕਿਉਂਕਿ ਮੀਂਹ ਪੈ ਗਏ ਸੀਗੇ, ਤਾਂ ਫਿਰ ਜਾ ਕੇ ਅੱਗੇ ਇਹਨੇ ਡਿੱਗ ਪਿਆ, ਤਾਂ ਫਿਰ ਇੱਥੇ ਅੱਗੇ ਇਹਨੇ ਗੋਲੀ ਵੀ ਚਲਾਤੀ ਪੁਲਿਸ ਦੇ ਉੱਤੇ। ਕ੍ਰੋਸ ਫਾਇਰ ਦੇ ਵਿੱਚ ਪੁਲਿਸ ਵੱਲੋਂ ਵੀ ਜਦੋਂ ਗੋਲੀ ਚਲਾਈ ਗਈ, ਤਾਂ ਫਿਰ ਇਹਨਾਂ ਦੇ ਲੱਤਾਂ 'ਚ ਜੋ ਹੈਗਾ ਉਹ ਗੋਲੀ ਲੱਗੀ ਹੋਈ ਹੈ ਜੀ। ਇਹਦੇ ਟੋਟਲ 4 ਪਰਚੇ ਹੈਗੇ ਆ, ਉਹਦੇ ਵਿੱਚ 3 ਪਰਚੇ ਜੋ ਹੈਗਾ ਉਹ ਐਕਸਟੋਰਸ਼ਨ ਦੀ ਹੈਗੀ। ਪਿਛਲੇ ਸਾਲ ਇਹਨਾਂ ਨੂੰ ਫੜੇ ਗਏ ਸੀਗੇ ਔਰ ਇਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਸੀਗਾ, ਉਸ ਤੋਂ ਬਾਅਦ ਇਹ ਸਾਇਲੈਂਟ ਸੀ, ਹੁਣ ਆ ਕੇ ਇਹਨੇ ਕੱਲ੍ਹ ਇਹ ਜੋ ਹੈਗਾ ਇਹ ਪਰਟੀਕੁਲਰ ਵਾਰਦਾਤ ਜੋ ਇਹਨਾਂ ਨੇ ਕਰਵਾਈ ਹੈਗੀ, ਉਹਦੇ ਕਰਕੇ ਇਹਨੂੰ ਅੱਜ ਜੋ ਹੈ ਇਹ ਫੜਿਆ ਗਿਆ। ਇਨਵੈਸਟੀਗੇਸ਼ਨ ਦੀ ਮੈਟਰ ਹੋਣਗੇ ਜੋ ਟੈਕਨੀਕਲੀ ਆਪਾਂ ਦੇਖਣਾ ਪੈਣਾ, ਇੱਕ ਗੱਡੀ ਹੈਗੀ ਹੈ ਔਰ ਇੱਕ ਜੋ ਇਹਨਾਂ ਨੇ ਪਿਸਟਲ ਜੋ ਯੂਜ਼ ਕੀਤਾ ਸੀਗਾ ਵਾਰਦਾਤ ਦੇ ਉੱਤੇ, ਉਹ ਜੋ ਇਹ ਦੋਵੇਂ ਇੱਥੇ ਰਿਕਵਰ ਹੋਏ ਹਨ। ਆਪਾਂ ਜਦੋਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਉਸ ਤੋਂ ਬਾਅਦ ਹੀ ਹੋਊਗਾ, ਕਿਉਂਕਿ ਉਹ ਜ਼ਖਮੀ ਹੈਗਾ, ਇਹਨੂੰ ਆਪਾਂ ਸਿਵਲ ਹੋਸਪਿਟਲ ਭੇਜੇ, ਪਹਿਲੇ ਇਹਨਾਂ ਦੀ ਫਸਟ ਏਡ ਹੋ ਜੂਗਾ, ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਂਡ ਮਿਲੂਗਾ ਉਹਦੇ 'ਤੇ ਪੁੱਛਗਿੱਛ ਦੇ ਵਿੱਚ ਆਪਾਂ ਨੂੰ ਚੈੱਕ ਕਰਨਾ ਪੈਣਾ ਵੈਦਰ ਇਹਨਾਂ ਦੇ ਦੂਜੇ ਵਾਰਦਾਤ ਦੇ ਨਾਲ ਇਹਨਾਂ ਦਾ ਲਿੰਕ ਹੈਗੀ ਆ ਜਾਂ ਕੀ, ਜਾਂ ਇਹ ਇੰਡੀਪੈਂਡੈਂਟ ਵਾਰਦਾਤ ਸੀਗਾ, ਉਹ ਸਾਨੂੰ ਚੈੱਕ ਕਰਕੇ ਉਸ ਤੋਂ ਬਾਅਦ ਹੀ ਪਤਾ ਚੱਲੂਗਾ। ਇਹਨਾਂ ਦੇ ਪੈਰ 'ਚ ਗੋਲੀ ਲੱਗੀ ਹੈ, ਪੈਰ 'ਚ ਗੋਲੀ ਲੱਗੀ ਹੈ, ਉਹਦੇ ਕਰਕੇ ਹੀ ਫਿਰ ਇਹਨੂੰ ਆਪਾਂ ਇਮੀਡੀਏਟਲੀ ਰਸ਼ ਕਰਨਾ ਪੈ ਗਿਆ ਸੀਗਾ ਸਿਵਲ ਹੋਸਪਿਟਲ। ਆਪਣੀ ਟੀਮ ਉੱਥੇ ਹੀ ਹੈਗੇ ਆ, ਜਦੋਂ ਉਹਨਾਂ ਦਾ ਇਲਾਜ ਹੋ ਜਾਊਗਾ ਉਹ ਫਿਟ ਡਿਕਲੇਅਰ ਹੋ ਜਾਊਗਾ, ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ। ਪੁਲਿਸ ਸਾਈਡ 'ਤੇ ਉਹਨਾਂ ਦੀ ਬਚਾਅ ਹੋ ਗਿਆ ਜੀ, ਜੋ ਜੋ ਆਪਣਾ ਟੀਮ ਜੋ ਦਰਖਤ ਦੇ ਪਿੱਛੇ ਸੀਗੀ, ਜੋ ਉੱਥੋਂ ਦੀ ਇਹ ਫਾਇਰ ਉਹਨਾਂ ਨੇ ਕਵਰ ਲੈ ਕੇ ਫਾਇਰ ਕਰ ਰਹੇ ਸੀਗੇ, ਉਹਨਾਂ ਦੀ ਜੋ ਗੋਲੀ ਹੈਗੀ ਉਹਨਾਂ ਨੂੰ ਦਰਖਤ ਤੋਂ ਲੱਗੀ ਹੈਗੀ ਆ, ਤਾਂ ਫਿਰ ਥੈਂਕਫੁਲੀ ਜੋ ਮੁਲਾਜ਼ਮ ਦਾ ਉਹ ਬਚਾਅ ਹੋ ਗਿਆ ਸੀ, ਕਿਉਂਕਿ ਇੱਥੋਂ ਬਾਅਦ ਜੋ ਇਹਨਾਂ ਦੀ ਗੱਡੀ ਨਹੀਂ ਚੱਲੀ ਤਾਂ ਸਾਡੀ ਵੀ ਨਹੀਂ ਚੱਲੂਗੀ, ਤਾਂ ਫਿਰ ਇਹਨੇ ਇੱਥੇ ਇੱਕ ਵਾਰੀ ਗੋਲੀ ਚਲਾ ਕੇ ਫਿਰ ਅੱਗੇ ਭੱਜ ਗਿਆ ਜੀ, ਉਹ ਪੈਦਲ ਚਲ ਗਿਆ, ਆਲਮੋਸਟ 1.5 ਕਿਲੋਮੀਟਰ ਦਾ ਰਸਤਾ ਬਣਦਾ ਹੈ ਕਿ 6 ਕਿੱਲੇ ਜੋ ਜ਼ਮੀਨ ਹੈਗੀ ਆ ਉਹਦੇ ਪਿੱਛੇ ਆਪਣਾ ਟੀਮ ਪੂਰੀ ਲੱਗੀ ਹੋਈ ਸੀਗੀ, ਉਹਨੇ ਵੀ ਪਿੱਛਾ ਕਰਕੇ ਫਿਰ ਉਹਨਾਂ ਨੂੰ ਕਾਬੂ ਕੀਤਾ ਹੈਗਾ।